ਐਕਸੀਡੈਂਟ ਹੋ ਗਿਆ ਜਾਂ ਫਿਰ ਗੱਡੀ ਖਰਾਬ ਹੋ ਗਈ। ਉੱਤੋਂ ਰਾਤ ਦਾ ਸਮਾਂ ਹੈ, ਘਬਰਾਉਣ ਦੀ ਨਹੀਂ ਲੋੜ। ਡਾਇਲ ਕਰੋ 112, ਕੁਝ ਪਲਾਂ ਦੇ ਵਿੱਚ ਹੀ ਤੁਹਾਡੇ ਤੱਕ ਪਹੁੰਚ ਜਾਵੇਗੀ ਪੰਜਾਬ ਦੀ SSF ਟੀਮ। ਜੀ ਹਾਂ, ਸੜਕ ਸੁਰੱਖਿਆ ਫੋਰਸ, ਜਿਸ ਦੇ ਵਿੱਚ ਇੱਕ ਹਾਈਲੈਕਸ ਗੱਡੀ, ਜੋ ਕਿ ਇੱਕ ਹਾਈ ਐਂਡ ਗੱਡੀ ਹੈ, ਉਹ ਤੁਹਾਡੇ ਤੱਕ ਪਹੁੰਚੇਗੀ। ਉਸ ਦੇ ਅੰਦਰ 4 ਪੁਲਿਸ ਦੇ ਮੁਲਾਜ਼ਮ ਹੋਣਗੇ, ਜਿਹੜੀ ਤੁਹਾਡੀ ਸੇਵਾ ਦੇ ਲਈ ਤਤਪਰ ਰਹਿਣਗੇ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਕਈ ਗੱਡੀਆਂ, ਜੋ ਕਿ ਸੜਕ ਸੁਰੱਖਿਆ ਫੋਰਸ ਦੀਆਂ ਨੇ, ਉਹਨਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸੇ ਤਰੀਕੇ ਦੇ ਨਾਲ ਰੂਪਨਗਰ, ਜਿਹੜਾ ਕਿ ਮਨਾਲੀ ਨੂੰ ਰਾਹ ਜਾਂਦਾ ਹੈ, ਉੱਥੇ ਵੀ ਪੰਜਾਬ ਸਰਕਾਰ ਦੇ ਵੱਲੋਂ 8 ਗੱਡੀਆਂ ਭੇਜੀਆਂ ਗਈਆਂ ਨੇ। ਅੱਡ ਅੱਡ ਰਾਹ 'ਤੇ ਇਹ ਗੱਡੀ ਤੈਨਾਤ ਹੋਵੇਗੀ ਅਤੇ ਹਰ ਰਾਹਗੀਰ ਦੀ ਬਣਦੀ ਮਦਦ ਜ਼ਰੂਰ ਕਰੇਗੀ। ਅਤੇ ਹੁਣ ਪੰਜਾਬ ਭਰ ਦੇ ਵਿੱਚ ਤੁਸੀਂ ਕਿਤੇ ਵੀ ਹੋ, ਤੁਹਾਨੂੰ ਸੜਕ 'ਤੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ 112 ਬਿਨਾਂ ਝਿਜਕੇ ਡਾਇਲ ਕਰ ਦਿਓ। ਕੁਝ ਪਲਾਂ ਦੇ ਵਿੱਚ ਤੁਹਾਡੇ ਤੱਕ ਮਦਦ ਆ ਜਾਵੇਗੀ। ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ। ਇਸੇ ਦੇ ਨਾਲ ਨਾਲ ਰੂਪਨਗਰ ਦੇ ਵਿੱਚ SSF ਦੀਆਂ ਗੱਡੀਆਂ ਮਨਾਲੀ ਜਾਣ ਵਾਲੇ ਰਾਹ 'ਤੇ ਤੈਨਾਤ ਕੀਤੀਆਂ ਗਈਆਂ ਨੇ। ਗੱਡੀ ਦੇ ਵਿੱਚ ਫਸਟ ਏਡ ਦੇ ਨਾਲ ਨਾਲ ਹੋਰ ਸੁਵਿਧਾਵਾਂ ਵੀ ਨੇ। SSF ਦੀ ਗੱਡੀ ਦੇ ਵਿੱਚ ਹਰੇਕ ਗੱਡੀ 'ਚ 4 ਮੁਲਾਜ਼ਮ ਤੈਨਾਤ ਹੋਣਗੇ। ਸੜਕ 'ਤੇ ਹਰ ਐਕਸੀਡੈਂਟ ਪੀੜਿਤ ਦੀ ਮਦਦ ਕਰਨਗੇ 4 ਮੁਲਾਜ਼ਮ। ਅਤੇ ਇੱਕ ਗੱਡੀ ਦਾ ਜਿਹੜਾ ਦਾਇਰਾ ਹੋਵੇਗਾ, ਏਰੀਆ ਹੋਵੇਗਾ, ਉਹ 30 ਕਿਲੋਮੀਟਰ ਦਾ ਹੋਵੇਗਾ। ਇੱਕ ਗੱਡੀ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਾਰ ਵਾਰ ਚੱਕਰ ਲਗਾਏਗੀ ਅਤੇ ਲੋਕਾਂ ਦੀ ਬਣਦੀ ਮਦਦ ਕਰੇਗੀ। ਹਰ ਗੱਡੀ ਦਾ ਇੱਕ ਇੰਚਾਰਜ ਹੋਵੇਗਾ ਅਤੇ ਉਸ ਦੇ ਨਾਲ 3 ਸਹਾਇਕ ਮੁਲਾਜ਼ਮ ਹੋਣਗੇ। ਇਸ ਗੱਡੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਿਵੇਂ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ। ਸਾਡੇ ਰੋਪੜ ਜ਼ਿਲ੍ਹੇ 'ਚ 8 ਗੱਡੀਆਂ ਆਈਆਂ ਜੀ ਟੋਟਲ। ਸਾਡਾ ਰੂਟ ਹੈ ਰੋਪੜ ਹੈੱਡ ਤੋਂ ਲੈ ਕੇ ਨੂਰਪੁਰ ਬੇਦੀਆਂ ਤੱਕ 30 ਕਿਲੋਮੀਟਰ ਦਾ ਹੈ, ਠੀਕ ਹੈ ਜੀ। ਕਿਸੇ ਗੱਡੀ ਦਾ ਘੱਟ ਹੈ ਜੀ ਰੂਟ, ਕਿਸੇ ਦੇ ਕੋਲ 10 ਆ ਜੀ, ਕਿਸੇ ਕੋਲ 30 ਆ, ਕਿਸੇ ਕੋਲ ਵੱਧ ਵੀ ਹੈਗਾ ਜੀ ਰੂਟ। ਅਤੇ ਟੋਟਲ ਮੇਰੇ ਨਾਲ 3 ਮੁਲਾਜ਼ਮ ਲਾਏ ਹੋਏ ਆ ਜੀ, ਠੀਕ ਹੈ ਜੀ। ਕਿਸੇ ਚਾਰ ਮੇਰੇ ਨਾਲ, ਅਤੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਪਹੁੰਚਦੀ ਆ ਜਾਂ ਕੋਈ ਬੈਗ 'ਤੇ ਆ ਰਿਹਾ ਜਾਂ ਕੋਈ ਆਮ ਪੈਗ, ਤਾਂ ਸਾਨੂੰ ਕੋਈ ਜਾਂ ਸੈੱਟ ਬਾਕੀ ਟਾਕੀ 'ਤੇ ਮੈਸੇਜ ਆਊਂਗਾ ਜਾਂ ਸਾਨੂੰ ਫੋਨ ਆਊਂਗਾ ਜਾਂ ਅਸੀਂ ਆਪਣੀ ਨਿਗਰਾਨੀ ਰੱਖਾਂਗੇ ਇਸ ਰੋਡ 'ਤੇ, ਅਸੀਂ ਉੱਥੇ ਤੁਰੰਤ ਰਿਪੋਰਟ ਕਰਨਗੇ। ਜਦੋਂ ਕਿਸੇ ਨੂੰ ਕੋਈ ਦੁੱਖ ਤਕਲੀਫ ਆਈ ਤਾਂ ਅਸੀਂ ਖੜ੍ਹੇ ਆ ਜੀ। ਐਕਸੀਡੈਂਟ ਹੋ ਗਿਆ ਜਾਂ ਫਿਰ ਗੱਡੀ ਖਰਾਬ ਹੋ ਗਈ, ਉੱਤੋਂ ਰਾਤ ਦਾ ਸਮਾਂ ਹੈ, ਘਬਰਾਉਣ ਦੀ ਨਹੀਂ ਲੋੜ। ਡਾਇਲ ਕਰੋ 112, ਕੁਝ ਪਲਾਂ ਦੇ ਵਿੱਚ ਹੀ ਤੁਹਾਡੇ ਤੱਕ ਪਹੁੰਚ ਜਾਵੇਗੀ ਪੰਜਾਬ ਦੀ SSF ਟੀਮ। ਜੀ ਹਾਂ, ਸੜਕ ਸੁਰੱਖਿਆ ਫੋਰਸ, ਜਿਸ ਦੇ ਵਿੱਚ ਇੱਕ ਹਾਈਲੈਕਸ ਗੱਡੀ, ਜੋ ਕਿ ਇੱਕ ਹਾਈ ਐਂਡ ਗੱਡੀ ਹੈ, ਉਹ ਤੁਹਾਡੇ ਤੱਕ ਪਹੁੰਚੇਗੀ। ਉਸ ਦੇ ਅੰਦਰ 4 ਪੁਲਿਸ ਦੇ ਮੁਲਾਜ਼ਮ ਹੋਣਗੇ, ਜਿਹੜੀ ਤੁਹਾਡੀ ਸੇਵਾ ਦੇ ਲਈ ਤਤਪਰ ਰਹਿਣਗੇ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਕਈ ਗੱਡੀਆਂ, ਜੋ ਕਿ ਸੜਕ ਸੁਰੱਖਿਆ ਫੋਰਸ ਦੀਆਂ ਨੇ, ਉਹਨਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸੇ ਤਰੀਕੇ ਦੇ ਨਾਲ ਰੂਪਨਗਰ, ਜਿਹੜਾ ਕਿ ਮਨਾਲੀ ਨੂੰ ਰਾਹ ਜਾਂਦਾ ਹੈ, ਉੱਥੇ ਵੀ ਪੰਜਾਬ ਸਰਕਾਰ ਦੇ ਵੱਲੋਂ 8 ਗੱਡੀਆਂ ਭੇਜੀਆਂ ਗਈਆਂ ਨੇ। ਅੱਡ ਅੱਡ ਰਾਹ 'ਤੇ ਇਹ ਗੱਡੀ ਤੈਨਾਤ ਹੋਵੇਗੀ ਅਤੇ ਹਰ ਰਾਹਗੀਰ ਦੀ ਬਣਦੀ ਮਦਦ ਜ਼ਰੂਰ ਕਰੇਗੀ। ਅਤੇ ਹੁਣ ਪੰਜਾਬ ਭਰ ਦੇ ਵਿੱਚ ਤੁਸੀਂ ਕਿਤੇ ਵੀ ਹੋ, ਤੁਹਾਨੂੰ ਸੜਕ 'ਤੇ ਕੋਈ ਵੀ ਦਿੱਕਤ ਆਉਂਦੀ ਹੈ ਤਾਂ 112 ਬਿਨਾਂ ਝਿਜਕੇ ਡਾਇਲ ਕਰ ਦਿਓ। ਕੁਝ ਪਲਾਂ ਦੇ ਵਿੱਚ ਤੁਹਾਡੇ ਤੱਕ ਮਦਦ ਆ ਜਾਵੇਗੀ। ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ। ਇਸੇ ਦੇ ਨਾਲ ਨਾਲ
ਰੂਪਨਗਰ ਦੇ ਵਿੱਚ SSF ਦੀਆਂ ਗੱਡੀਆਂ ਮਨਾਲੀ ਜਾਣ ਵਾਲੇ ਰਾਹ ਤੇ ਤੈਨਾਤ ਕੀਤੀਆਂ ਗਈਆਂ ਨੇ। ਗੱਡੀ ਦੇ ਵਿੱਚ ਫਸਟ ਏਡ ਦੇ ਨਾਲ ਨਾਲ ਹੋਰ ਸੁਵਿਧਾਵਾਂ ਵੀ ਨੇ। SSF ਦੀ ਗੱਡੀ ਦੇ ਵਿੱਚ ਹਰੇਕ ਗੱਡੀ 'ਚ 4 ਮੁਲਾਜ਼ਮ ਤੈਨਾਤ ਹੋਣਗੇ। ਸੜਕ 'ਤੇ ਹਰ ਐਕਸੀਡੈਂਟ ਪੀੜਿਤ ਦੀ ਮਦਦ ਕਰਨਗੇ 4 ਮੁਲਾਜ਼ਮ, ਅਤੇ ਇੱਕ ਗੱਡੀ ਦਾ ਜਿਹੜਾ ਦਾਇਰਾ ਹੋਵੇਗਾ, ਏਰੀਆ ਹੋਵੇਗਾ, ਉਹ 30 ਕਿਲੋਮੀਟਰ ਦਾ ਹੋਵੇਗਾ। ਇੱਕ ਗੱਡੀ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਾਰ ਵਾਰ ਚੱਕਰ ਲਗਾਏਗੀ ਅਤੇ ਲੋਕਾਂ ਦੀ ਬਣਦੀ ਮਦਦ ਕਰੇਗੀ। ਹਰ ਗੱਡੀ ਦਾ ਇੱਕ ਇੰਚਾਰਜ ਹੋਵੇਗਾ ਅਤੇ ਉਸਦੇ ਨਾਲ 3 ਸਹਾਇਕ ਮੁਲਾਜ਼ਮ ਹੋਣਗੇ। ਇਸ ਗੱਡੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਿਵੇਂ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ। ਸਾਡੇ ਰੋਪੜ ਜ਼ਿਲ੍ਹੇ 'ਚ 8 ਗੱਡੀਆਂ ਆਈਆਂ ਜੀ ਟੋਟਲ। ਸਾਡਾ ਰੂਟ ਹੈ ਰੋਪੜ ਹੈੱਡ ਤੋਂ ਲੈ ਕੇ ਨੂਰ ਪਵੇਦੀਆਂ ਤੱਕ 30 ਕਿਲੋਮੀਟਰ ਦਾ ਹੈ, ਠੀਕ ਹੈ ਜੀ। ਕਿਸੇ ਗੱਡੀ ਦਾ ਘੱਟ ਹੈ ਜੀ ਰੂਟ, ਕਿਸੇ ਦੇ ਕੋਲ 10 ਆ ਜੀ, ਕਿਸੇ ਕੋਲ 30 ਆ, ਕਿਸੇ ਕੋਲ ਵੱਧ ਵੀ ਹੈਗਾ ਜੀ ਰੂਟ। ਅਤੇ ਟੋਟਲ ਮੇਰੇ ਨਾਲ 3 ਮੁਲਾਜ਼ਮ ਲਾਏ ਹੋਏ ਆ ਜੀ, ਠੀਕ ਹੈ ਜੀ। ਕਿਸੇ ਚਾਰ ਮੇਰੇ ਟੋਟਲ 4 ਮੇਰੇ ਨਾਲ, ਅਤੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਪਹੁੰਚਦੀ ਆ ਜਾਂ ਕੋਈ ਬੈਗ 'ਤੇ ਆ ਰਿਹਾ ਜਾਂ ਕੋਈ ਆਮ ਪੈਗ, ਤਾਂ ਸਾਨੂੰ ਕੋਈ ਜਾਂ ਸੈੱਟ ਬਾਕੀ ਟਾਕੀ 'ਤੇ ਮੈਸੇਜ ਆਊਂਗਾ ਜਾਂ ਸਾਨੂੰ ਫੋਨ ਆਊਂਗਾ ਜਾਂ ਅਸੀਂ ਆਪਣੀ ਨਿਗਰਾਨੀ ਰੱਖਾਂਗੇ ਇਸ ਰੋਡ 'ਤੇ, ਅਸੀਂ ਉੱਥੇ ਤੁਰੰਤ ਰਿਪੋਰਟ ਕਰਨਗੇ। ਜਦੋਂ ਕਿਸੇ ਨੂੰ ਕੋਈ ਦੁੱਖ ਤਕਲੀਫ ਆਈ ਤਾਂ ਅਸੀਂ ਖੜ੍ਹੇ ਆ ਜੀ।